ਹੈ ਬੋਲਿੰਗ ਨਹੀਂ ਦਾ ਕ੍ਰਾਸ ਵਾਲੀ ਭੈਣ ਚ ਯਾਰ ਮਾਰਨਾ ਉਹ ਬੜੀਆਂ ਬਾਲਾਂ ਆਉਂਦੀਆਂ ਕ੍ਰਾਸ ਸਪਿਨਰ ਲਾਇ ਨਹੀਂ ਮੇਰੀ ਕਿਉਂਕਿ ਜਿਹੜੀ ਬੋਲ ਕੇ ਕਿੰਨ ਮਾਰ ਸਕਦਾ ਕ੍ਰਾਸ ਮਾਰ ਇੱਕ ਆਪਣੇ ਹਿਸਾਬ ਨਾਲ ਦੇਖਣੀ ਚਾਹੀਦੀ ਕ੍ਰਾਸ ਬਾਲ ਤੈਨੂੰ ਆਫ ਸਟੰਪ ਤੇ ਕਰਾਵੇ ਤੂੰ ਕ੍ਰਾਸ ਮਾਰ ਜਾਏਗਾ ਤਾਂ ਕੀ ਕਾਜਾ ਕਲ ਮੰਦ ਕੌਣ ਕਹੂ ਤੈਨੂੰ ਵਿਕਟ ਟੂ ਵਿਕਟ ਬਾਲ ਕਰ ਰਿਹਾ ਯਾਰ ਤੂੰ ਸਟ੍ਰੇਟ ਬੈਟ ਨਾਲ ਖੇਲੀ ਜਾ ਚੁੱਪ ਕਰਕੇ ਨਹੀਂ ਮੈਂ ਸੋਚਿਆ ਪਹਿਲੀ ਬਾਲ ਪਰ ਇਸ ਕ੍ਰਾਸ ਮਾਰ ਦੂੰ ਕੀ ਮੈਂ ਕਰਾਂ ਮੈਨੂੰ ਕੋਈ ਅਫਸੋਸ ਹੀ ਨਹੀਂ ਥੱਲੇ ਮੈਨੂੰ ਜੀਰੋ ਦੇ ਆਊਟ ਆ ਕੋਈ ਅਫਸੋਸ ਨਹੀਂ ਉਹ ਇੱਕ ਤੇ ਕੋਈ ਨਹੀਂ ਉਹ ਓਪਨ ਕਰਦਾ ਜਿਹਨੇ ਪਿਛਲੀ 100 ਮਾਰਿਆ ਸੀ ਹਾਂ ਓਪਨ ਕਰਦਾ ਓਪਨ ਕਰਦਾ ਉਹਨੇ ਓਪਨ ਕੀਤਾ ਸੀ ਪਿਛਲੀ ਤਾਂ ਵਾਈਡ ਕੌਣ ਮਨਮੇਰ ਵਿੱਚ ਇੱਕ ਸਿੱਧੀ ਮਾਰ ਜਾਂਦਾ ਕਰਦੀ ਆ ਮੈਟ ਗਿੱਲਾ ਪੈਣ ਉਹ ਸਵੇਰੇ ਬਹੁਤ ਜ਼ਿਆਦਾ ਕਰਨ ਦੇ ਹੋਣੀ ਨਾ ਸਕਿੱਡ ਬਾਲ ਹੁਣ ਫਾਇਦਾ ਕੋਈ ਨਹੀਂ ਅਗਰ ਹੁਣ ਦਾ ਬੈਂਚ ਨਵੀਂ ਬਾਲ ਆਉਣੀ ਆ ਨਵੀਂ ਬਾਲ ਕਰਨੀ ਆ ਦੇਖ ਲਿਓ ਹਜੇ ਵੀ ਕਰਨ ਦੀ ਥੋੜੀ ਜੀ ਨਵੀਂ ਬਾਲ ਦੇਖੋ ਕਰਦੀ ਬਾਈ ਨਵੀਂ ਬਾਲ ਬਹੁਤ ਕਰੂਗੀ ਮੰਨ ਮੇਰੀ ਗੱਲ ਬਾਈ ਨਵੀਂ ਯਾਰ ਕਰਦੀ ਕਰਦੀ ਭਾਵੇਂ ਜਿਹੜੀ ਮਰਜ਼ੀ ਪਿੱਚ ਹੋਵੇ ਦੇਖ ਲਈ ਉਹ ਤਾਂ ਗੱਲ ਹੈ ਉਹਨਾਂ ਤੇ ਫਰਕ ਹੋਣਾ ਹੀ ਆ ਫਿਰ ਸੌਰੀ ਬਲਦੀ ਬਾਲ ਫੁੱਲ ਲੈਂਥ ਪੇ ਕਰਨਾ ਹੈ ਸ਼ਾਰਟ ਪੇਸ ਮਤ ਕਰੋ ਫੁੱਲ ਲੈਂਥ ਹੀ ਫੁੱਲ ਲੈਂਥ ਜੇ ਸ਼ਾਰਟ ਪਿਚ ਕਰਨੀ ਆ ਪੇਸ ਨਾਲ ਕਰੀ ਵੀ ਕਿੰਨੀ ਦੇਣੀ ਨਾ ਨਹੀਂ ਮੈਂ ਮੈਂ ਖਾਉਣਾ ਹੀ ਫੁੱਲ ਆਉਣਾ ਨੂੰ ਸਾਰੀਆਂ ਫੁੱਲ ਪੇਸ ਨਾਲ ਖਲਾਈ ਜੇ ਖਲਾਉਣੀ ਆ ਤੇ ਫੁੱਲ ਕਰੀ ਜਨੇ ਨੇ ਪੱਟੀ ਆ ਮਜ਼ਾ ਆਉਂਦਾ ਜਮਾ ਹੀ ਬਲੂਨ ਨਾ ਮਾਹੌਲ ਜਿਹਾ ਹੋ ਜਾ ਬਣਿਆ ਹੋਇਆ ਮੇਰਾ ਯਾਰ ਜੀ ਸੱਚ ਨੇ ਪੰਨੀ ਡਿਸੀਜਨ ਨੇ ਦਿਲ ਤੋੜਦਾ ਯਾਰ ਪਹਿਲਾਂ ਬਹੁਤ ਗਲਤ ਡਿਸੀਜਨ ਲਿਆ ਇਹ ਕਿਦਾਂ ਬਹੁਤ ਗਲਤ ਡਿਸੀਜਨ ਬੈਟਿੰਗ ਕਰਨ ਦਾ ਸੋਚ ਬਹੁਤ ਵਧੀਆ ਰਨਿੰਗ ਆ ਗੁੱਡ ਰਨਿੰਗ ਪਰਵੇਸ਼ ਨਾਈਸ ਵਨ ਬੈਟ ਮੈਂ ਜਦੋਂ ਗਿਆ ਮਨਮੇਰ ਕਹਿੰਦਾ ਦੋ ਰਨ ਨਹੀਂ ਲੈਣੇ ਮਨਮੇਰ ਨੇ ਮੈਨੂੰ ਪਹਿਲੀ ਗੱਲ ਕਹੀ ਦੋ ਰਨ ਨਹੀਂ ਲੈਣੇ ਦੋ ਰਨ ਨਹੀਂ ਲੈਣੇ ਇਹ ਨਹੀਂ ਦੱਸਿਆ ਬਾਲ ਕਿੱਦਾਂ ਦੀ ਆ ਦੋ ਰਨ ਨਹੀਂ ਲੈਣੇ ਫਿਰ ਤਾਂ ਮੈਂ ਜਿੱਤਣਾ ਬਣਦਾ ਬੋਲੀ ਟੀਮ ਦਾ ਬੰਦਾ ਦੱਸਦਾ ਚੱਲ ਬਾਲ ਅੰਦਰ ਨੂੰ ਆਉਂਦੀ ਨੀ ਵੀ ਰਹਿੰਦੀ ਜੋ ਕੋ ਜੋ ਕਹਿੰਦਾ ਦੋ ਰਨ ਨਹੀਂ ਲੈਣੇ ਪਿੱਚ ਬਾਲੀ ਫੁੱਤੂਗਾ ਯਾਰ ਨਹੀਂ ਓਕੇ ਆ ਪਿੱਛੇ ਯਾਰ ਯਾਰ ਓਕੇ ਕੀ ਪੈ ਨਾਈਸ ਵਨ ਪਰਮੇਸ਼ ਗੁੱਡ ਗੁੱਡ ਪਾਰੀ ਆਊਟ ਨਹੀਂ ਯਾਰ ਪਿੱਛ ਓਕੇ ਆ ਪਿੱਛੇ ਤਿੰਨ ਪਾਣੀ ਕਾਢੇ ਦਾ ਸਵਾਰ ਕੇ ਓਏ ਮੈਂ ਉਹਦੀ ਨਹੀਂ ਗੱਲ ਕਰਨ ਆ ਅੱਛਾ ਆਊਟਫੀਲਡ ਦੀ ਉਹਦੀ ਨਹੀਂ ਮੈਂ ਗੱਲ ਕਰਨ ਆ ਆ ਕਰ ਲੈ ਬਾਉਂਡਰੀ ਤੋਂ ਦੂਜੀ ਮਨਮ ਕਹਦੇ ਆਫ ਕਰ ਦੋ ਆਫ ਕਰ ਦੋ ਨਹੀਂ ਨਹੀਂ ਮਨਮੇਰ ਦੀ ਲੰਮੇ ਪਏ ਵੀਡੀਓ ਤਾਂ ਬਣਾ ਲਈ ਅੱਛਾ ਬਨਮੇਰ ਦਾ ਪੂਰਾ ਫੋਕਸ ਕਰੋ ਮਨਮੇਰ ਦਾ ਪੂਰਾ ਜ਼ੂਮ ਇਨ ਕਰੋ ਮਨਮੇਰ ਕੋ ਓਏ ਜ਼ੂਮ ਇਨ ਪੂਰਾ ਕਰਿਆ ਅੱਛਾ ਚਲੋ ਫਿਨਿਸ਼ ਹੋ ਗਿਆ ਬੰਦ ਕਰ ਦੋ ਅਭੀ।